ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ 'ਤੇ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਈ ਸਿਆਸੀ ਲੀਡਰ ਪਹੁੰਚੇ। ਬਾਬਾ ਬੁੱਲੇ ਸ਼ਾਹ ਦੇ 48ਵੇਂ ਮੇਲੇ 'ਚ ਸ਼ਿਰਕਤ ਕਰਨ ਆਏ ਆਪ ਸਾਂਸਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 20 ਸਾਲ ਪਹਿਲਾਂ ਹੀ ਇਸ ਮੇਲੇ 'ਚ ਬਤੌਰ ਕਲਾਕਾਰ ਆਉਂਦੇ ਰਹੇ ਨੇ ਅਤੇ ਇਸ ਤਰ੍ਹਾਂ ਦੇ ਮੇਲਿਆਂ 'ਚ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਸਾਂਝੇ ਤੌਰ 'ਤੇ ਏਕਤਾ ਬਣਾਉਂਦੇ ਹੋਏ ਕੰਮ ਕਰਨਾ ਚਾਹੀਦਾ ਹੈ। 20 ਸਾਲ ਪਹਿਲਾਂ ਕਿਉਂਕਿ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜੀ ਤਾਂ ਮੈਂ ਪਿੰਡ 'ਚ ਵੋਟਾਂ ਵਾਸਤੇ ਵੀ ਆਇਆ, ਉਦੋਂ ਵੀ ਮੈਂ ਮਜ਼ਾਰ ਦੇ ਦਰਸ਼ਨ ਕਰਕੇ ਗਿਆ ਸੀ ਅਤੇ ਹੁਣ ਵੀ ਮੁੰਡੇ ਕਹਿੰਦੇ ਵੀ ਕਿਉਂਕਿ ਮੇਲਾ ਜਿਹੜਾ ਪਾਰਟੀ ਪੱਧਰ ਤੋਂ ਉੱਪਰ ਹੈ, ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਨੇ, ਇੱਥੇ ਕੋਈ ਰਾਜਨੀਤਿਕ ਮੰਚ ਨਹੀਂ ਹੈਗਾ। ਸੋ ਮੈਂ ਵੀ ਅੱਜ ਇਹੀ ਕਿਹਾ ਇੱਥੇ ਕਿ ਜਦੋਂ ਸਾਂਝੇ ਮੇਲੇ ਲੱਗਣੇ ਹੋਣ, ਸਾਂਝੇ ਟੂਰਨਾਮੈਂਟ ਕਬੱਡੀ ਕਰਾਉਣੀ ਹੋਵੇ, ਉਦੋਂ ਸਾਰੇ ਪਿੰਡ ਨੂੰ ਏਕਾ ਰੱਖਣਾ ਚਾਹੀਦਾ। ਸਰਕਾਰ ਨੂੰ ਕਾਹਦੇ ਨੰਬਰ ਦੇਣੇ ਜੀ? ਨੌਕਰੀ ਕਿਹਾ ਸੀ ਘਰ ਘਰ, ਉਹ ਨਹੀਂ ਮਿਲੀ। ਕਰਜ਼ਾ ਮਾਫ਼ ਕਰਾਂਗੇ ਸਾਰਾ, ਉਹ ਨਹੀਂ ਕਿਸੇ ਦਾ ਹੋਇਆ। ਖੁਦਕੁਸ਼ੀਆਂ ਉਵੇਂ ਜਿਵੇਂ ਜਾਰੀ ਨੇ, ਨਸ਼ੇ ਵਾਲੇ ਉਵੇਂ ਜਿਵੇਂ ਚੱਲ ਰਹੇ ਨੇ, ਕੇਬਲ ਮਾਫੀਆ ਉਵੇਂ ਜਿਵੇਂ ਚੱਲ ਰਿਹਾ। ਕਹਿੰਦੇ ਸੀ 2000 ਰੁਪਇਆ ਬੇਰੁਜ਼ਗਾਰੀ ਭੱਤਾ ਮਿਲੂਗਾ, ਉਹਦਾ ਕੋਈ ਵਾਅਦਾ ਹੀ ਨਹੀਂ। ਸੋ 0 ਨੰਬਰ ਨੇ ਜੀ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।